ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਪੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਤੇ ਬ੍ਰਹਮਪੁਰ ਨੂੰ ਆ ਗਏ। ਮੇਰਾ ਨਾਮ ਇੱਛਾ ਕੁਮਾਰੀ ਹੈ, ਮੈਂ ਮਿਆਨੀ ਝਮੇਲਾ ਤੋਂ ਬੋਲ ਰਹੀ ਹਾਂ ਤੇ ਦੋ ਲੜਕੇ ਆਏ ਆ ਤੇ ਉਹਨਾਂ ਨੇ ਮੇਰੇ ਕੋਲ ਮੂੰਗਫਲੀ ਦੇ ਪੈਕਟ ਮੰਗੇ ਆ ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਮੁੰਡੇ ਮੋਟਰਸਾਈਕਲ 'ਤੇ, ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਫਿਰ ਬ੍ਰਹਮਪੁਰ ਨੂੰ ਆ ਗਏ ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਤੇ ਬ੍ਰਹਮਪੁਰ ਨੂੰ ਆ ਗਏ। ਮੇਰਾ ਨਾਮ ਇੱਛਾ ਕੁਮਾਰੀ ਹੈ, ਮੈਂ ਮਿਆਨੀ ਝਮੇਲਾ ਤੋਂ ਬੋਲ ਰਹੀ ਹਾਂ ਤੇ ਦੋ ਲੜਕੇ ਆਏ ਆ ਤੇ ਉਹਨਾਂ ਨੇ ਮੇਰੇ ਕੋਲ ਮੂੰਗਫਲੀ ਦੇ ਪੈਕਟ ਮੰਗੇ ਆ ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਮੁੰਡੇ ਮੋਟਰਸਾਈਕਲ 'ਤੇ, ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਫਿਰ ਬ੍ਰਹਮਪੁਰ ਨੂੰ ਆ ਗਏ ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਤੇ ਬ੍ਰਹਮਪੁਰ ਨੂੰ ਆ ਗਏ। ਮੇਰਾ ਨਾਮ ਇੱਛਾ ਕੁਮਾਰੀ ਹੈ, ਮੈਂ ਮਿਆਨੀ ਝਮੇਲਾ ਤੋਂ ਬੋਲ ਰਹੀ ਹਾਂ ਤੇ ਦੋ ਲੜਕੇ ਆਏ ਆ ਤੇ ਉਹਨਾਂ ਨੇ ਮੇਰੇ ਕੋਲ ਮੂੰਗਫਲੀ ਦੇ ਪੈਕਟ ਮੰਗੇ ਆ ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਮੁੰਡੇ ਮੋਟਰਸਾਈਕਲ 'ਤੇ, ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਫਿਰ ਬ੍ਰਹਮਪੁਰ ਨੂੰ ਆ ਗਏ ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਤੇ ਬ੍ਰਹਮਪੁਰ ਨੂੰ ਆ ਗਏ। ਮੇਰਾ ਨਾਮ ਇੱਛਾ ਕੁਮਾਰੀ ਹੈ, ਮੈਂ ਮਿਆਨੀ ਝਮੇਲਾ ਤੋਂ ਬੋਲ ਰਹੀ ਹਾਂ ਤੇ ਦੋ ਲੜਕੇ ਆਏ ਆ ਤੇ ਉਹਨਾਂ ਨੇ ਮੇਰੇ ਕੋਲ ਮੂੰਗਫਲੀ ਦੇ ਪੈਕਟ ਮੰਗੇ ਆ ਤੇ ਮੈਂ ਉਹਨਾਂ ਨੂੰ ਮੂੰਗਫਲੀ ਦੇ ਪੈਕਟ ਦਿੱਤੇ ਦੋ, ਉਹਨਾਂ ਨੇ ਮੈਨੂੰ 20 ਰੁਪਏ ਦਿੱਤੇ, ਮੈਂ 20 ਰੁਪਏ ਲੈ ਕੇ ਤੇ ਆਪਣੇ ਗੱਲੇ ਵਿੱਚ ਪਾਉਣ ਲੱਗੇ। ਜਿਸ ਤਰ੍ਹਾਂ ਹੀ ਮੈਂ ਮੁੜੀ ਹਾਂ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਵਾਲਾਂ ਦੇ ਕੰਨਾਂ ਨੂੰ ਝੋਟਾ ਮਾਰ ਕੇ ਤੇ ਮੇਰੀ ਵਾਲੀਆਂ ਲੈ ਗਏ। ਉਹ ਮੁੰਡੇ ਮੋਟਰਸਾਈਕਲ 'ਤੇ, ਉਹ ਪਹਿਲਾਂ ਗੁਰਦਾਸਪੁਰ ਨੂੰ ਗਏ ਆ, ਗੁਰਦਾਸਪੁਰ ਤੋਂ ਰਸਤੇ 'ਚ ਮੁੜ ਕੇ ਤੇ ਫਿਰ ਥੋੜ੍ਹੀ ਜਿਹੀ ਅੱਗੇ ਗਏ ਤੇ ਮੁੜ ਕੇ ਆ ਗਏ ਫਿਰ ਬ੍ਰਹਮਪੁਰ ਨੂੰ ਆ ਗਏ